ਸੁਰਿੰਦਰ ਕੁਮਾਰ ਇੰਪਰੂਵਮੈਂਟ ਐਗਜ਼ੀਕਿਊਟਿਵ ਆਫਿਸਰ ਇੰਪਰੂਵਮੈਂਟ ਟਰੱਸਟ ਅੰਮ੍ਰਿਤਸਰ AR01 ਗਾਈਡਲਾਈਨਸ ਕੀ ਇੱਥੋਂ ਅਸੀਂ ਜਿੱਦਾਂ ਤੁਸੀਂ ਦੇਖ ਰਹੇ ਨੇ ਇੱਥੇ ਪਾਰਟੀਜ਼ ਪੂਰੀਆਂ ਕਰਕੇ ਅਸੀਂ ਸੈਕਟਰ ਆਫਿਸਰਸ ਕੋਲ ਭੇਜ ਰਹੇ ਹਾਂ ਉੱਥੋਂ ਸਮਾਨ ਜਿਹੜਾ ਹੈ ਉਹ ਦੇ ਰਹੇ ਉਹਨਾਂ ਦੇ ਪਰਚਾ ਦਰਜ ਹੋ ਰਿਹਾ ਨਾਲ ਨਾਲ ਅਪੀਲ ਇਹੀ ਕਰਨਾ ਚਾਹੁੰਦੇ ਕਿ ਆਰਾਮ ਨਾਲ ਸਾਰੇ ਵੋਟਿੰਗ ਜਿਹੜੀ ਹੈ ਹੋਵੇ ਸਾਡੀ ਵਧੀਆ ਕੰਫਰਟੇਬਲੀ ਸਾਰੇ ਕਰਨ ਗਰਮੀ ਦਾ ਅਸੀਂ ਦੇਖੋ ਜਿੰਨਾ ਕਰ ਸਕਦੇ ਹਾਂ ਬਾਕੀ ਕੁਦਰਤ ਹੈ ਕੂਲਰ ਲਾਏ ਹੋਏ ਨੇ ਪੱਖੇ ਚੱਲ ਰਹੇ ਨੇ ਚਲੋ ਅੱਜ ਥੋੜ੍ਹਾ ਮੌਸਮ ਵੀ ਠੀਕ ਹੈ ਅਤੇ ਜੋ ਗਰਮੀ ਹੈ ਉਹ ਤਾਂ ਹੈ ਹੀ ਹੈ ਸੰਜੀਵ ਸ਼ਰਮਾ ਜੀ ਮੈਂ ਇੱਥੇ ਨੋਡਲ ਅਫਸਰ ਲੱਗਿਆ ਜੀ ਇਲੈਕਸ਼ਨ ਦੇ ਵਿੱਚ ਸਰ ਕੀ ਪ੍ਰੋਸੀਜਰ ਜਿਹੜਾ ਕਿ ਡਿਊਟੀ ਜਿਹੜੇ ਨਹੀਂ ਕਰ ਰਹੇ ਸਰ ਜਿਹੜੇ ਡਿਊਟੀ ਨਹੀਂ ਕਰ ਰਹੇ ਨੇ ਉਹਨਾਂ ਨੂੰ ਜੋ ਚੁਣਾਵ ਆਯੋਗ ਦੀਆਂ ਗਾਈਡਲਾਈਨਸ ਨੇ ਉਹਦੇ ਅਕੋਰਡਿੰਗ ਫਿਰ ਅਗਲੀ ਜਿਹੜੀ ਪੁਲਿਸ ਕਾਰਵਾਈ ਲਈ ਜਿਹੜੀ ਅਕੋਰਡਿੰਗ ਸਾਡੇ ਸਾਹਿਬ ਕਰਨਗੇ AR ਸਾਹਿਬ ਉਹ ਫਿਰ ਸ਼ੁਰੂ ਹੋ ਜਾਏਗੀ ਕਿਉਂਕਿ ਅਸੀਂ ਪਾਰਟੀਆਂ ਦੇ ਮੁਕੰਮਲ ਬਾਈ ਹੁੱਕ ਐਂਡ ਕੁੱਕ ਹਰ ਹਾਲਤ ਦੇ ਵਿੱਚ ਕਰਨੀ ਹੈ ਕਿਉਂਕਿ ਇਹ ਜਿਹੜਾ ਚੋਣਾਂ ਦਾ ਕੰਮ ਹੈ ਇਹ ਕਿਸੇ ਵੀ ਸਟੇਜ ਦੇ ਉੱਤੇ ਰੁਕ ਨਹੀਂ ਸਕਦਾ ਅਤੇ ਨਾ ਹੀ ਇਹਦੇ 'ਚ ਕੋਈ ਕੁਤਾਹੀ ਬਰਦਾਸ਼ਤ ਕੀਤੀ ਜਾ ਸਕਦੀ ਹੈ ਦੇਖੋ 2 ਤੋਂ 3 ਬੰਦੇ ਮਿਸਿੰਗ ਸੀ ਉਹਦੇ 'ਚੋਂ ਇੱਕ ਬੰਦੇ ਨੇ ਰਿਪੋਰਟਿੰਗ ਕੀਤੀ ਹੈ ਅਤੇ ਇੱਕ ਬੰਦੇ ਦੀ ਬਾਜੂ ਫ੍ਰੈਕਚਰ ਹੈ ਅਤੇ ਹੁਣ ਉਹਦੀ ਜੋ ਵੀ ਮੈਡੀਕਲ ਜਿਹੜੀ ਰਿਪੋਰਟ ਦੇਖ ਕੇ ਵੀ ਅਗਲੀ ਕਾਰਵਾਈ ਸ਼ੁਰੂ ਕਰਾਂਗੇ ਉਹਦੇ ਹਿਸਾਬ ਨਾਲ ਮੈਂ ਅਪੀਲ ਇਹੀ ਕਰਾਂਗਾ ਜੀ ਵੀ ਅਸੀਂ ਵੀ ਇੰਪਲੋਈ ਹਾਂ ਇਹ ਸਾਰੇ ਇੰਪਲੋਈ ਨੇ ਛੋਟੇ ਛੋਟੇ ਬੱਚਿਆਂ ਵਾਲੀ ਲੇਡੀਜ਼ ਦੀਆਂ ਡਿਊਟੀ ਦੇਣ ਆਈਆਂ ਨੇ ਅਤੇ ਅਸੀਂ ਕਿਉਂ ਇਸ ਤਰ੍ਹਾਂ ਆਪਣੀ ਡਿਊਟੀ ਨੂੰ ਇਸ ਤਰ੍ਹਾਂ ਸਕਿਪ ਕਰਕੇ ਇੱਧਰ ਉੱਧਰ ਜਾ ਰਹੇ ਹਾਂ ਅਤੇ ਮੇਰੀ ਇਹੀ ਵਿਨਮਤਾ ਨਾਲ ਇਹਨਾਂ ਨੂੰ ਨਿਵੇਦਨ ਹੈ ਅਤੇ ਇੱਕ ਰਿਕੁਐਸਟ ਹੈ ਗੁਜ਼ਾਰਿਸ਼ ਹੈ ਵੀ ਆਪਣੀ ਡਿਊਟੀ 'ਤੇ ਸੋ ਹੁਣ ਦੇਖ ਰਹੇ ਹੋ ਤੁਸੀਂ ਵੀ ਲੋਕ ਸਭਾ ਇਲੈਕਸ਼ਨ ਦੇ ਅਸੀਂ ਅਜੇ ਫਾਈਨਲ ਫੇਜ਼ ਦੇ ਵਿੱਚ ਆ ਗਏ ਹਾਂ ਕੱਲ੍ਹ ਸਾਡਾ ਜਿਹੜਾ ਹੈਗਾ ਪੋਲਿੰਗ ਦਾ ਦਿਨ ਹੈ ਅਤੇ ਅੱਜ ਅਸੀਂ P-1 ਡੇ 'ਤੇ ਪਾਰਟੀ ਸਾਰੀਆਂ ਸਾਡੀ ਡਿਸਪੈਚ ਹੋ ਰਹੀਆਂ ਨੇ ਸੋ ਅੱਜ ਦਾ ਦਿਨ ਇੱਕ ਬਹੁਤ ਵੱਡਾ ਦਿਨ ਹੁੰਦਾ ਹੈ ਜਿਸ ਦਿਨ ਅਸੀਂ ਤਕਰੀਬਨ 20,000 ਤੋਂ ਪਲੱਸ ਮੁਲਾਜ਼ਮ ਨੂੰ ਅਸੀਂ ਡਿਸਪੈਚ ਕਰਾਂਗੇ ਆਪਣੀ ਆਪਣੀ ਲੋਕੇਸ਼ਨ 'ਤੇ ਅਤੇ ਸਾਡੇ ਜ਼ਿਲ੍ਹੇ ਦੇ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਟੋਟਲ 2134 ਬੂਥ ਨੇ ਐਂਡ ਜਿਹੜੇ ਬੂਥਾਂ ਦੀ ਲੋਕੇਸ਼ਨ ਆ ਉਹ 1121 ਲੋਕੇਸ਼ਨ 'ਤੇ ਇਹ 2134 ਟੋਟਲ ਬੂਥ ਨੇ ਜਿਹਦੇ ਵਿੱਚੋਂ ਲਗਭਗ ਜਿਹੜੇ ਹੈਗੇ 1700 ਬੂਥ ਉਹ ਅੰਮ੍ਰਿਤਸਰ ਪਾਰਲੀਮੈਂਟਰੀ ਕੌਂਸਟੀਟੂਐਂਸੀ ਦੇ ਨੇ ਅਤੇ ਜਿਹੜਾ ਸਾਡਾ ਜੰਡਿਆਲਾ ਅਤੇ ਬਾਬਾ ਬਕਾਲਾ ਦਾ ਜਿਹੜਾ ਅਸੈਂਬਲੀ ਸੈਗਮੈਂਟ ਹੈ ਉਹ ਖਡੂਰ ਸਾਹਿਬ ਪਾਰਲੀਮੈਂਟਰੀ ਕੌਂਸਟੀਟੂਐਂਸੀ ਦਾ ਹਿੱਸਾ ਹੈ ਬਟ ਇਹਨਾਂ ਦੇ ਵਿੱਚ ਸਟਾਫ ਦੇਣਾ ਸਾਰਾ ਡਿਪਲੋਇਮੈਂਟ ਕਰਨਾ ਉਹ ਬਤੌਰ ਡਿਸਟ੍ਰਿਕਟ ਮੈਜਿਸਟ੍ਰੇਟ ਸਾਨੂੰ ਹੀ ਕਰਨਾ ਪੈਂਦਾ ਸੋ ਇਹ ਅੱਜ ਸਾਰੀ ਪਾਰਟੀਆਂ ਡਿਸਪੈਚ ਹੋ ਰਹੀਆਂ ਨੇ ਅਤੇ ਤਕਰੀਬਨ ਮੈਂ ਸਮਝਦਾ 10,000 ਦੇ ਆਸ ਪਾਸ ਤਾਂ ਸਾਡੇ ਜਿਹੜੇ ਮੁਲਾਜ਼ਮ ਹੈ ਉਹ ਚੋਣ ਡਿਊਟੀ ਬਤੌਰ ਪੋਲਿੰਗ ਸਟਾਫ ਬਤੌਰ ਪ੍ਰੀਸਾਈਡਿੰਗ ਆਫਿਸਰ ਅਸਿਸਟੈਂਟ ਪ੍ਰੀਸਾਈਡਿੰਗ ਆਫਿਸਰ ਹੀ ਦੇਣਗੇ ਉਸ ਤੋਂ ਇਲਾਵਾ ਵੀ ਤਕਰੀਬਨ 10,000 ਲੋਕ ਹੋਰ ਵੀ ਅੰਡਰ ਵੇਰੀਅਸ ਕਪੈਸਿਟੀ BLO ਹੋ ਗਏ ਤੁਹਾਡੇ 2,000 ਤੋਂ ਉੱਤੇ BLO ਹੋ ਗਏ ਮਾਈਕਰੋ ਓਬਜ਼ਰਵਰ ਹੋ ਗਏ ਜਿੰਨੇ ਤੁਹਾਡੇ ਹੁਣ ਸੀਨੀਅਰ ਸਿਟੀਜ਼ਨ ਨੇ ਅਤੇ PWD ਇਲੈਕਟਰਸ ਨੇ ਉਹਨਾਂ ਨੂੰ ਅਸਿਸਟ ਕਰਨ ਲਈ ਅਸੀਂ ਵੋਲੰਟੀਅਰਸ ਵੀ ਰੱਖੇ ਆ ਹਰੇਕ ਬੂਥ ਲੋਕੇਸ਼ਨ ਦੇ ਉੱਤੇ ਵੀਲਚੇਅਰਸ ਲੈ ਕੇ ਤਾਂ ਕਿ ਉਹਨਾਂ ਨੂੰ ਅਸਿਸਟ ਕਰ ਸਕਣ ਉਹ ਵੀ ਇੱਕ ਬੜਾ ਅਮਲਾ ਹੁੰਦਾ ਹੈ ਸਾਡੇ ਸਾਰੇ ਬੂਥਾਂ ਦੇ ਉੱਤੇ ਆਸ਼ਾ ਵਰਕਰਸ ਵੀ ਅਸੀਂ ਬਿਠਾਏ ਨੇ ਕਿਉਂਕਿ ਇਸ ਟਾਈਮ ਹੀਟ ਵੇਵ ਦਾ ਬੜਾ ਪ੍ਰਕੋਪ ਹੈ ਅਤੇ ਹੀਟ ਵੇਵ ਕਰਕੇ ਅਸੀਂ ਹਰੇਕ ਬੂਥ 'ਤੇ ਇਨਸ਼ੋਰ ਕੀਤਾ ਵੀ ਆਸ਼ਾ ਵਰਕਰ ORS ਗੋਲ ਵਗੈਰਾ ਲੈ ਕੇ ਉੱਥੇ ਸਟੇਸ਼ਨ ਰਹਿਣ ਫਸਟ ਏਡ ਕਿੱਟ ਦੇ ਨਾਲ ਅਤੇ ਉਹਨਾਂ ਦੇ ਉੱਤੇ ਸੁਪਰਵਾਈਜ਼ਰੀ ਡਾਕਟਰਸ ਦੀ ਵੀ ਡਿਊਟੀ ਲਗਾਈਏ ਤਾਂ ਕਿ ਅਗਰ ਕੋਈ ਜ਼ਿਆਦਾ ਸੀਰੀਅਸ ਹੋ ਜਾਂਦਾ ਕਿਤੇ ਡ੍ਰਿਪ ਲਗਾਉਣੀ ਪੈ ਜਾਵੇ ਤਾਂ ਉਹ ਵੀ ਸਾਡੇ ਪੁਖਤਾ ਪ੍ਰਬੰਧ ਨੇ ਐਂਡ ਹਰੇਕ ਬੂਥ ਦੇ ਉੱਤੇ ਅਸੀਂ ਇਨਸ਼ੋਰ ਕਰਾ ਰਹੇ ਹਾਂ ਵੀ ਸ਼ੇਡ ਦਾ ਪੀਣ ਵਾਲੇ ਪਾਣੀ ਦਾ ਰੈਂਪ ਵਗੈਰਾ ਦਾ ਸਾਰੀ ਬੇਸਿਕ ਫੈਸਿਲਿਟੀਜ਼ ਉਪਲਬਧ ਹੋਣ ਉੱਥੇ ਵੀ ਹਦਾਇਤ ਦਿੱਤੀਆਂ ਨੇ ਵੀ ਸਾਡੇ ਸੀਨੀਅਰ ਸਿਟੀਜ਼ਨ ਦਿਵਿਆਂਗ ਵੋਟਰਸ ਨੂੰ ਸਪੈਸ਼ਲ ਅਸਿਸਟੈਂਸ ਦੇ ਨਾਲ ਪ੍ਰਾਇਰਟੀ ਦੇ ਉੱਤੇ ਵੋਟਿੰਗ ਕਰਾਈ ਜਾਵੇ ਅਤੇ ਜਿੱਥੇ ਜਿੱਥੇ ਵੀ ਸਾਡੇ ਕੋਈ ਸ਼ੇਡ ਦਾ ਪ੍ਰਬੰਧ ਨਹੀਂ ਹੈ ਤਾਂ ਹੀਟ ਵੇਵ ਕਾਫੀ ਹੈ ਅਤੇ ਅਸੀਂ ਇਨਸ਼ੋਰ ਕਰਾ ਰਹੇ ਹਾਂ ਵੀ ਉੱਥੇ ਸਾਡੇ ਟੈਂਟ ਲੱਗੇ ਹੋਣ
ਤਾਂ ਕਿ ਐਟਲੀਸਟ ਟੈਂਟ ਦੇ ਉੱਤੇ ਅੰਡਰ ਸ਼ੇਡ ਦਾ ਜ਼ਰੂਰ ਪ੍ਰਬੰਧ ਹੋਵੇ ਹਰੇਕ ਬੂਥ ਦੇ ਉੱਤੇ। ਅਤੇ ਇਸ ਤੋਂ ਇਲਾਵਾ ਅਸੀਂ ਦੇਖ ਰਹੇ ਹਾਂ ਕਿ ਜ਼ਿਲ੍ਹੇ ਦੇ ਵਿੱਚ ਜਿਹੜੇ ਹੈਗੀ ਖਾਸ ਕਰ ਕਾਨੂੰਨ ਦੀ ਵਿਵਸਥਾ ਲਾਅ ਐਂਡ ਆਰਡਰ ਨੂੰ ਦੇਖਦੇ ਹੋਏ ਸਭ ਤੋਂ ਵੱਡਾ ਅਸੀਂ ਪੂਰੇ ਪੰਜਾਬ ਦੇ ਵਿੱਚ ਵੈਬਕਾਸਟਿੰਗ ਕੰਟਰੋਲ ਰੂਮ ਬਣਾਇਆ ਹੈ ਇੱਥੇ ਅੰਮ੍ਰਿਤਸਰ ਦੇ ਵਿੱਚ, ਕਿਉਂਕਿ ਸਾਡੇ 2134 ਦੇ 2134 ਬੂਥਾਂ ਦੇ ਉੱਤੇ ਵੈਬਕਾਸਟਿੰਗ ਦੇ ਨਾਲ ਕੈਮਰੇ ਅੰਦਰ ਲੱਗੇ ਹੋਏ ਆ, ਕੈਮਰੇ ਦੀ ਫੀਡ ਸਾਡੇ ਕੋਲ ਆਏਗੀ ਅਤੇ ਹੁਣ 2134 ਕੈਮਰੇ ਇਸ ਨੂੰ ਮੋਨੀਟਰ ਕਰਨ ਲਈ ਸਾਨੂੰ ਇੱਕ ਵੱਡੀ ਟੀਮ ਚਾਹੀਦੀ ਹੈ ਅਤੇ ਅਸੀਂ 200 ਵੋਲੰਟੀਅਰਸ ਵੱਖ ਵੱਖ ਕਾਲਜਸ ਤੋਂ ਉਹਨਾਂ ਦੇ ਲੈਪਟਾਪ ਉਹਨਾਂ ਦੇ ਪੀਸੀ ਦਾ ਸੈਟਅਪ ਕੀਤਾ ਵੈਬਕਾਸਟਿੰਗ ਕੰਟਰੋਲ ਰੂਮ ਦੇ ਵਿੱਚ, ਜਿੱਥੋਂ ਅਸੀਂ ਬੜੀ ਪੈਨੀ ਨਜ਼ਰ ਰੱਖਾਂਗੇ ਸਾਰੇ ਬੂਥ ਦੇ ਉੱਤੇ। ਕੋਈ ਵੀ ਜੇਕਰ ਕੋਈ ਹਰਕਤ ਹੋਏਗੀ ਕਿਸੇ ਬੂਥ ਦੇ ਵਿੱਚ ਉਹਦੀ ਰਿਕਾਰਡਿੰਗ ਕੀਤੀ ਜਾਵੇਗੀ ਅਤੇ ਉਹਨੂੰ ਅਸੀਂ ਯੂਜ਼ ਕਰਾਂਗੇ ਫੋਰ ਲੋਜਿੰਗ ਆਫ FIR ਜੇਕਰ ਕੁਛ ਇਸ ਤਰੀਕੇ ਦੀ ਘਟਨਾ ਸਾਡੇ ਨੋਟਿਸ ਦੇ ਵਿੱਚ ਆਉਂਦੀ ਹੈ। ਸੋ ਵੈਬਕਾਸਟਿੰਗ ਦੇ ਉੱਤੇ ਬੜੀ ਹੈ ਸਾਡੇ ਕੋਲ ਜਿਹੜੀ ਹੈ ਪੁਲਿਸ ਦੀ ਸਾਰੀ ਪੈਟਰੋਲਿੰਗ ਪਾਰਟੀ ਸਾਡੇ ਸੈਕਟਰ ਮੈਜਿਸਟਰੇਟ ਦੇ ਨਾਲ ਲਿੰਕ ਆ ਗਏ। ਸੋ ਹਰੇਕ 10-15 ਬੂਥ ਦੇ ਉੱਤੇ ਪੁਲਿਸ ਦੀ ਪੈਟਰੋਲਿੰਗ ਪਾਰਟੀ ਰਹੇਗੀ। ਉਸ ਤੋਂ ਇਲਾਵਾ ਜਿਹੜਾ ਸੈਕਿੰਡ ਰਿਸਪੋਂਡਰ SHO ਲੈਵਲ 'ਤੇ, ਥਰਡ ਰਿਸਪੋਂਡਰ DSP ਲੈਵਲ 'ਤੇ, ਐਂਡ ਇਨਫੈਕਟ ਰਿਜ਼ਰਵ ਵੀ ਜਿਹੜੀ ਹੈ ਸਾਡੇ ਕੋਲ ਤਕਰੀਬਨ 25 ਪੈਰਾਮਿਲਟਰੀ ਫੋਰਸ ਦੀ ਕੰਪਨੀ ਆਈਆਂ ਨੇ, ਜਿਸ ਚੋਂ 13 ਰੂਰਲ ਏਰੀਆ ਦੇ ਵਿੱਚ ਨੇ ਐਂਡ 12 ਪੈਰਾਮਿਲਟਰੀ ਫੋਰਸ ਦੀ ਕੰਪਨੀ ਸਾਡੀ ਕਮਿਸ਼ਨਰੇਟ ਏਰੀਆ ਦੇ ਵਿੱਚ ਮੁਸਤੈਦ ਰਹਿਣਗੀਆਂ, ਤਾਂ ਕਿ ਕੋਈ ਵੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਅਸੀਂ ਪ੍ਰੋਂਪਟਲੀ ਡੀਲ ਕਰ ਸਕੀਏ। ਇਸ ਤੋਂ ਇਲਾਵਾ ਅਸੀਂ ਕਾਫੀ ਮਾਡਲ ਪੋਲਿੰਗ ਸਟੇਸ਼ਨ ਵੀ ਬਣਾ ਰਹੇ ਹਾਂ, ਹਰੇਕ ਅਸੈਂਬਲੀ ਕੋਨਸਟੀਟੂਐਂਸੀ ਦੇ ਵਿੱਚ 10-10 ਪੋਲਿੰਗ ਸਟੇਸ਼ਨ ਬਣ ਰਹੇ ਨੇ। ਸੋ 110 ਮਾਡਲ ਪੋਲਿੰਗ ਸਟੇਸ਼ਨ ਆਪਾਂ ਬਣਾ ਰਹੇ ਹਾਂ ਜਿੱਥੇ ਗੁਬਾਰਿਆਂ ਨਾਲ ਹੋਰ ਜਿਹੜਾ ਹੈਗਾ ਉਹਨਾਂ ਦੇ ਬਿਊਟੀਫਿਕੇਸ਼ਨ ਦੇ ਅਰੇਂਜਮੈਂਟ ਕੀਤੇ ਨੇ। ਇੱਕ ਅਸੀਂ ਸੁਪਰ ਮਾਡਲ ਪੋਲਿੰਗ ਸਟੇਸ਼ਨ ਬਣਾ ਰਹੇ ਹਾਂ SL ਭਵਨ ਸਕੂਲ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ, ਜਿੱਥੇ ਤਾਂ ਨੈਕਸਟ ਲੈਵਲ ਦੇ ਅਰੇਂਜਮੈਂਟ ਹੋਣਗੇ ਵੀ ਸਾਰੇ ਵੋਟਰਸ ਨੂੰ ਅਸੀਂ ਉੱਥੇ ਰਿਫਰੈਸ਼ਮੈਂਟ ਦੇਵਾਂਗੇ, ਵੇਰਕਾ ਦੀ ਲੱਸੀ ਪਿਲਾਵਾਂਗੇ, ਢੋਲੀ ਨਾਲ ਸਵਾਗਤ ਕਰਾਂਗੇ। ਸੋ ਐਂਡ ਉਸ ਤੋਂ ਬਾਅਦ ਜਿਹੜਾ ਹੈ ਨੇਲ ਆਰਟ ਕੀਤੀ ਜਾਏਗੀ, ਕਈ ਤੇ ਬੁੱਕ ਸਟੋਰ ਵੀ ਬਣੇ ਜਾਏਗੀ, ਕੁਛ ਵਿਜ਼ਿਟਰਸ ਨੂੰ ਅਸੀਂ ਕੰਪਲੀਮੈਂਟਰੀ ਬੁੱਕਸ ਵੀ ਦੇਵਾਂਗੇ। ਸੋ ਇਸ ਟਾਈਪ ਦੇ ਸਾਰੇ ਅਸੀਂ ਕਰ ਰਹੇ ਹਾਂ ਤਾਂ ਕਿ ਅਸੀਂ ਪੋਲ ਪਰਸੈਂਟੇਜ ਵਧਾ ਸਕੀਏ ਐਂਡ ਇੱਕ ਫੈਸਟਿਵ ਮਾਹੌਲ ਬਣਾਈਏ। ਸੋ ਇਹ ਸਾਰੇ ਜਿਹੜੇ ਹੈਗੇ ਬਰੋਡਲੀ ਸਾਡੇ ਪ੍ਰਬੰਧ ਨੇ ਐਂਡ ਮੈਂ ਸਾਰੇ ਵੋਟਰਸ ਨੂੰ ਅਪੀਲ ਕਰਦਾ ਬਤੌਰ ਡਿਸਟ੍ਰਿਕਟ ਮੈਜਿਸਟਰੇਟ ਕਿ ਆਪਾਂ ਪਿਛਲੀ ਵਾਰ ਸਾਡਾ ਲੋਕ ਸਭਾ ਦੇ ਵਿੱਚ ਪੋਲ ਪਰਸੈਂਟੇਜ ਸਾਡੀ 57% ਸੀਗੀ, ਇਸ ਵਾਰ ਮੈਂ ਆਸ ਰੱਖਦਾ ਅਸੀਂ ਇਸ ਵਾਰ 70 ਪਾਰ ਦਾ ਜਿਹੜਾ ਸਾਡਾ CEO ਆਫਿਸ ਵੱਲੋਂ ਸਾਨੂੰ ਟੀਚਾ ਦਿੱਤਾ ਹੋਇਆ ਉਹ ਕਰੀਏ। ਮੈਂ ਆਪਣੀ ਵੋਟ ਵੀ ਜਲੰਧਰ ਤੋਂ ਅੰਮ੍ਰਿਤਸਰ ਸ਼ਿਫਟ ਕਰਾ ਲਈ ਐਂਡ ਸਵੇਰੇ 7 ਵਜੇ ਮੈਂ ਅਤੇ ਆਪਣੇ ਪਰਿਵਾਰ ਦੇ ਨਾਲ ਉੱਥੇ ਬੂਥ 'ਤੇ ਹੀ ਹੋਵਾਂਗਾ ਐਂਡ ਵੋਟ ਪਾਉਣ ਲਈ। ਸੋ ਮੈਂ ਸਾਰੇ ਅੰਮ੍ਰਿਤਸਰ ਨਿਵਾਸੀਆਂ ਨੂੰ ਵੀ ਅਪੀਲ ਕਰਾਂਗਾ ਵੀ ਤੁਸੀਂ ਵੀ ਆ ਕੇ ਵੋਟ ਪਾਈਏ ਐਂਡ ਕਿਉਂਕਿ ਜਿਹੜਾ ਇਹ ਡਿਸੀਜਨ ਹੈ ਇਹ ਸਾਨੂੰ 5 ਸਾਲ ਇੰਪੈਕਟ ਕਰਦਾ ਇੱਕ ਦਿਨ ਦਾ ਡਿਸੀਜਨ, ਅਤੇ ਇਸ ਨੂੰ ਆਪਾਂ ਜ਼ਰੂਰ ਇਹਨੂੰ ਛੁੱਟੀ ਦਾ ਦਿਨ ਨਾ ਸਮਝ ਕੇ ਆਪਾਂ ਇੱਕ ਜ਼ਿੰਮੇਵਾਰੀ ਦਾ ਦਿਨ ਸਮਝੀਏ ਐਂਡ ਸਾਰੇ ਵੋਟ ਪਾਈਏ। ਕੈਂਡੀਡੇਟਸ ਵੱਲੋਂ ਜਿਹੜਾ ਸਰ ਵੋਟਰਾਂ ਨੂੰ ਲੁਭਾਉਣ ਦਾ ਕੀਤਾ ਜਾਂਦਾ ਉਹਨਾਂ ਵਾਸਤੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਸੋ ਕੈਂਡੀਡੇਟਸ ਦੇ ਵਿੱਚ ਮੈਂ ਦੱਸ ਰਿਹਾ ਸੀਗਾ ਕਿ ਸਾਡੀ ਜਿਹੜੀ ਫਲਾਇੰਗ ਸਕੁਆਡ ਟੀਮਾਂ ਨੇ ਐਂਡ ਸਟੈਟਿਕ ਸਰਵੇਲੈਂਸ ਟੀਮਾਂ ਨੇ ਇਹ ਹਾਲੇ ਵੀ ਅੱਜ ਵੀ ਰਾਤ ਨੂੰ ਵੀ ਓਪਰੇਸ਼ਨਲ ਰਹਿਣਗੀਆਂ ਐਂਡ ਕੱਲ੍ਹ ਵੀ ਪੂਰੇ ਦਿਨ ਓਪਰੇਸ਼ਨਲ ਰਹਿਣਗੀਆਂ ਤਾਂ ਕਿ ਕੋਈ ਵੀ ਸ਼ਿਕਾਇਤ ਆਉਂਦੀ ਹੈ ਤੋ ਇਮੀਡੀਏਟਲੀ ਰਿਸਪੋਂਡ ਕਰਨ ਐਂਡ ਸਾਰੇ ਫਲਾਇੰਗ ਸਕੁਆਡ ਦੇ ਉੱਤੇ ਕੈਮਰੇ ਲੱਗੇ ਹੋਏ ਨੇ ਜਿਨ੍ਹਾਂ ਦੀ ਵਿਜ਼ੀਬਿਲਿਟੀ ਰਿਕਾਰਡਿੰਗ ਇੱਥੇ ਵੀ ਹੁੰਦੀ ਹੈ, CEO ਆਫਿਸ ਵੀ ਹੁੰਦੀ ਹੈ, ਤਾਂ ਕਿ ਕੋਈ ਵੀ ਜੇਕਰ ਇਸ ਟਾਈਪ ਦਾ ਆਏਗਾ ਤਾਂ ਉਹਦੀ ਪ੍ਰੋਪਰ ਰਿਕਾਰਡਿੰਗ ਕਰਕੇ ਇਮੀਡੀਏਟ FIR ਐਕਸ਼ਨ ਲਿੱਤਾ ਜਾਏਗਾ। ਅੱਜ ਪੂਰੇ ਰਾਤ ਗਸ਼ਤ ਕਰੇਗੀ ਫਲਾਇੰਗ ਸਕੁਆਡ ਐਂਡ ਇਹ ਫਲਾਇੰਗ ਸਕੁਆਡ ਦੀ ਜਿਹੜੀ ਡਿਊਟੀ ਹੈ 24 ਘੰਟੇ ਦੀ ਹੁੰਦੀ ਹੈ, ਤਾਂ 3 ਸ਼ਿਫਟਾਂ ਦੇ ਵਿੱਚ 8-8 ਘੰਟੇ ਦੀ ਸ਼ਿਫਟਾਂ ਦੇ ਵਿੱਚ 3-3 ਟੀਮਾਂ ਹਰੇਕ ਅਸੈਂਬਲੀ ਕੋਨਸਟੀਟੂਐਂਸੀ ਦੇ ਵਿੱਚ।
ਤੇ ਕਿਸੇ ਵੀ ਵਕਤ 33 ਫਲਾਇੰਗ ਸਕੁਆਡ ਟੀਮਾਂ ਜ਼ਿਲ੍ਹੇ ਦੇ ਵਿੱਚ ਮੁਸਤੈਦ ਰਹਿੰਦੀਆਂ ਨੇ ਐਂਡ ਇਹ 24 ਘੰਟੇ ਦੇ ਵਿੱਚ ਰਾਤ ਨੂੰ 2 ਵਜੇ ਵੀ 33 ਟੀਮਾਂ ਆਪਰੇਸ਼ਨਲ ਰਹਿੰਦੀਆਂ ਨੇ ਤਾਂ ਕਿ ਕੋਈ ਵੀ ਇਸ ਟਾਈਪ ਦੀ ਕੋਈ ਪੈਸੇ ਵੰਡਣ ਦੀ ਲਿਕਰ ਵੰਡਣ ਦੀ ਸ਼ਿਕਾਇਤ ਜੇਕਰ ਆਉਂਦੀ ਹੈ ਤਾਂ ਇਮੀਡੀਏਟਲੀ ਰਿਸਪੋਂਡ ਕੀਤਾ ਜਾਊਗਾ ਐਂਡ ਐਫ ਆਈ ਆਰ ਦਰਜ ਕੀਤੀ ਜਾਏਗੀ। ਇਸਲਾਮਾਬਾਦ ਸਾਡੇ ਤੋਂ ਜਿਹੜੇ ਕੋਈ ਕਰਮਚਾਰੀ ਇੱਥੋਂ ਗੈਰ ਹਾਜ਼ਰ ਹੋਏ ਉਹਨਾਂ ਦੇ ਖਿਲਾਫ਼ ਕਾਰਵਾਈ ਕਰਨ ਵਾਸਤੇ ਹੀ ਹੋਈ ਹੈ। ਇਹ ਤਾਂ ਸਭ ਜਿਹਨਾਂ ਬਾਰੇ ਲਿਖ ਕੇ ਦੇਣਗੇ ਵੀ ਇਹ ਆਪਣੀ ਡਿਊਟੀ ਨਹੀਂ ਪਹੁੰਚੇ ਉਹਨਾਂ ਦੇ ਖਿਲਾਫ਼ ਇਲੈਕਸ਼ਨ ਕਮਿਸ਼ਨ ਦੇ ਹੁਕਮ ਅਨੁਸਾਰ ਬਣਦੀ ਕਾਰਵਾਈ।